ਕਿਆ ਬਾਤ ਹੈ ਜੀ, ਦੇਖੋ ਜੀ ਸਾਡੇ ਜੱਜਿਸ ਤਾਂ ਪੂਰਾ ਪੂਰਾ ਇੰਜੋਏ ਕਰ ਰਹੇ, ਸਪੈਸ਼ਲੀ ਬਿੱਲਾ ਭਾਜੀ ਤੇ ਕਪਤਾਨ ਲਾਡੀ। ਕਿਉਂ ਘੈਂਟ ਸੀਗਾ ਕੰਮ? ਹਾਂਜੀ। ਸੋ ਲਾਡੀ ਭਾਜੀ ਤੁਸੀਂ ਦੱਸੋ ਜੀ। ਓਏ ਜਾਨੂ, ਕੁਛ ਵੀ ਕਮੈਂਟ ਕਰਨ ਨੂੰ ਦਿਲ ਨਹੀਂ ਕਰਦਾ ਇਹਦਾ। ਬਹੁਤ ਸੋਹਣਾ ਗਾਇਆ, ਜਿੱਦਾਂ ਐਨਰਜੀ ਚਾਹੀਦੀ ਹੁੰਦੀ ਹੈ ਭੰਗੜੇ ਵਾਲੇ ਗਾਣੇ ਦੀ, ਸ਼ੁਰੂ ਤੋਂ ਐਨਰਜੀ ਉੱਦਾਂ ਹੀ ਫੜ ਕੇ ਰੱਖੀ। ਤੈਨੂੰ ਪਤਾ ਪੀਪਣੀ ਵਜਾਉਣ ਦੀ ਲੋੜ ਹੀ ਨਹੀਂ ਹੈ, ਤੂੰ ਜਾ ਕੇ ਉੱਥੇ ਬੋਲ ਹੀ ਦੇ, ਤੇਰੀ ਆਵਾਜ਼ ਹੀ ਪੀਪਣੀ ਵਰਗੀ। ਬਹੁਤ ਅੱਛਾ ਸੀ ਔਰ ਬੜਾ ਮਜ਼ਾ ਆਇਆ, ਸਾਰੇ ਇੰਜੋਏ ਕਰ ਰਹੇ ਸੀ। ਬਹੁਤ ਸਾਰੀ ਐਨਰਜੀ ਸਾਰਿਆਂ ਦੇ ਵਿੱਚ ਆ ਗਈ ਔਰ ਪਿੱਛੇ ਸਾਰੇ ਕੋਰਸ ਵੀ ਬੋਲ ਰਹੇ ਸੀ, ਅਸੀਂ ਵੀ ਬੱਲੇ ਬੱਲੇ ਕਰ ਰਹੇ ਸੀ ਵਿੱਚੇ, ਬੜਾ ਸਵਾਦ ਜਿਹਾ ਆ ਗਿਆ। ਇਹੀ ਤਾਂ ਹੁੰਦਾ ਅਤੇ ਹੋਰ ਕੀ ਹੁੰਦਾ, ਅਸੀਂ ਗੁਰਮੀਤ ਭਾਜੀ ਨੂੰ ਯਾਦ ਕਰੀ ਜਾਂਦੇ ਨਾਲ ਨਾਲ। ਬਹੁਤ ਵਧੀਆ, ਬਹੁਤ ਮਜ਼ਾ ਆਇਆ, ਲਵ ਯੂ ਬੇਟਾ। ਥੈਂਕ ਯੂ ਮੈਮ। ਨਿੱਕੂ ਸਰ, ਫੁੱਲ ਐਨਰਜੀ, ਬੱਲੇ ਬੱਲੇ, ਫੁੱਲ ਗਾਣਾ, ਤੇਰਾ ਸੁਰ ਚ ਸੀ, ਤਾਲ ਚ ਸੀ, ਹਰ ਚੀਜ਼ ਪਰਫੈਕਟ ਸੀ। ਬਿੱਲਾ ਭਾਜੀ, ਮੈਨੂੰ ਤਾਂ ਲੱਗਦਾ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਮੈਨੂੰ ਪੁੱਛਿਆ ਕਰੋ, ਕਿਉਂਕਿ ਮੇਰੇ ਵਾਲੇ ਮਸਾਲਾ ਮੁੱਕ ਜਾਂਦਾ ਉਹਦੇ ਨਾਲ। ਬਹੁਤ ਕਮਾਲ ਗਾਇਆ ਅਤੇ ਅਸੀਂ ਤਾਂ ਬਹੁਤ ਇੰਜੋਏ ਕੀਤਾ ਲਾਡੀ ਭਾਜੀ। ਤਾਂ ਮੇਰਾ ਤਾਂ ਜੀ ਕਰਦਾ ਸੀ ਜਦੋਂ ਤੂੰ ਕਲਾਕਾਰ ਬਣ ਗਿਆ ਸਾਨੂੰ ਕੋਰਸ 'ਤੇ ਲੈ ਜਾ ਕਰੀ ਨਾਲ, ਹੈ ਨਾ। ਬਹੁਤ ਇੰਜੋਏ ਕੀਤਾ ਸੀ ਨੇ, ਮੇਰਾ ਜੀ ਕਰਦਾ ਸੀ ਇੱਥੇ ਆ ਕੇ ਨੱਚਾਂ ਤੇਰੇ ਨਾਲ। ਨਹੀਂ, ਮੌਕਾ ਆ ਗਿਆ ਇੱਕ ਦੁਬਾਰਾ ਸਹੀ। ਨਿੱਕੂ ਭਾਜੀ ਚਲੋ ਆ ਜਾਓ, ਲਾਡੀ ਭਾਜੀ ਆਓ ਜੀ। ਨਿੱਕੂ ਭਾਜੀ ਤੁਸੀਂ ਵੀ ਆ ਜਾਓ, ਤੁਸੀਂ ਵੀ। ਸਵਾਦ ਆਉਣ ਲੱਗਿਆ ਜੀ, ਬੰਦ ਹੀ ਕਰਤਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੱਜਸ, ਥੈਂਕ ਯੂ।